नमस्कार दोस्तों, मैं तुहाड़ा दोस्त मनु मोड़। दोस्तों, किसी भी गवर्नमेंट एग्जाम के पॉइंट ऑफ व्यू नाल देखिए तो पॉलिटी रिलेटेड क्वेश्चन काफ़ी इंपोर्टेंट हो जाते हैं। 2016 तो बाद जिन्हें भी पंजाब गवर्नमेंट एग्जाम हुए थे उसका मैं एनालिटिक किया, प्रीवियस ईयर के जो भी पॉलिटी के क्वेश्चन आए थे उन्होंने मैं मेन मेन क्वेश्चन कढ़ के 150 इंपोर्टेंट क्वेश्चन की एक PDF फाइल बनाई हुई है, जिड़ी कि मैं तुम्हें वीडियो थ्रू डेली शाम को 7 बजे एक वीडियो प्रोवाइड करवा दिया करा, जिस ਤਾਂ ਕਿ ਤੁਹਾਡੇ ਇਗਜ਼ਾਮ ਦੀ ਤਿਆਰੀ ਕਾਫੀ ਵਧੀਆ ਹੋ ਸਕੇ। ਓਕੇ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ 150 ਕੁਐਸਚਨਾਂ ਦੀ ਮੈਂ PDF ਫਾਈਲ ਬਣਾਈ ਹੋਈ ਆ, ਉਹਨਾਂ ਵਿੱਚੋਂ ਕੁਝ ਕੁਐਸਚਨ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਅਤੇ ਕਾਪੀ ਪੈਨ ਲੈ ਕੇ ਤੁਸੀਂ ਰਾਈਟ ਡਾਊਨ ਕਰਨਾ ਸਟਾਰਟ ਕਰ ਦਿਓ। ਤਾਂ ਦੋਸਤੋ, ਫਸਟ ਕੁਐਸਚਨ ਦੀ ਗੱਲ ਕਰੀਏ ਤਾਂ ਭਾਰਤ ਵਿੱਚ RTI ਕਾਨੂੰਨ ਕਦੋਂ ਲਾਗੂ ਹੋਇਆ ਸੀ? ਦੋਸਤੋ, ਇਸ ਦਾ ਆਨਸਰ 2005 ਹੈ। ਦੋਸਤੋ, 2005 ਵਿੱਚ RTI ਕਾਨੂੰਨ ਲਾਗੂ ਕੀਤਾ ਗਿਆ ਸੀ। ਅਤੇ ਸੈਕਿੰਡ ਕੁਐਸਚਨ ਦੀ ਗੱਲ ਕਰੀਏ, ਭਾਰਤ ਸੰਵਿਧਾਨ ਵਿੱਚ ਜ਼ਿਕਰ ਕੀਤੇ ਗਏ ਬੁਨਿਆਦੀ ਕਰਤੱਵਾਂ ਦੀ ਕੁੱਲ ਗਿਣਤੀ ਕਿੰਨੀ ਹੈ? ਜਿਹੜੇ ਫੰਡਾਮੈਂਟਲਸ ਰਾਈਟ ਹੁੰਦੇ ਨੇ ਉਹਨਾਂ ਦੀ ਕੁੱਲ ਗਿਣਤੀ 6 ਹੈ ਦੋਸਤੋ। ਅਤੇ ਥਰਡ ਕੁਐਸਚਨ ਦੀ ਗੱਲ ਕਰੀਏ ਦੋਸਤੋ, ਭਾਰਤ ਦਾ ਰਾਸ਼ਟਰਪਤੀ ਜਿਹੜਾ ਉਹ ਅਸਤੀਫਾ ਕਿਸ ਨੂੰ ਦੇ ਸਕਦਾ ਹੈ? ਹੁਣ ਆਪਾਂ ਪਰਫੈਕਟ ਤਿਆਰੀ ਕਿਵੇਂ ਕਰਨੀ ਹੈ? ਹੁਣ ਸਭ ਤੋਂ ਪਹਿਲਾਂ ਜੇ ਰਾਸ਼ਟਰਪਤੀ ਰਿਲੇਟਡ ਕੁਐਸਚਨ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਇਸ ਵੀਡੀਓ ਵਿੱਚ ਤਾਂ ਆਪਾਂ ਸਰਚ ਕਰਨਾ ਸਭ ਤੋਂ ਪਹਿਲਾਂ ਆਪਣਾ ਜੋ ਵੀ ਭਾਰਤ ਦਾ ਰਾਸ਼ਟਰਪਤੀ ਹੈ। ਚਲੋ, ਤੁਹਾਡੇ ਵਾਸਤੇ ਇੱਕ ਸਵਾਲ ਹੈ ਦੋਸਤੋ, ਆਪਣੇ ਭਾਰਤ ਦਾ ਰਾਸ਼ਟਰਪਤੀ ਦਾ ਨਾਮ ਕੀ ਹੈ? ਵੀਡੀਓ ਦੇ ਕਮੈਂਟ ਵਿੱਚ ਕਰਕੇ ਮੈਨੂੰ ਦੱਸ ਦਿਓ। ਅਤੇ ਹੁਣ ਜੇ ਆਪਾਂ ਰਾਸ਼ਟਰਪਤੀ ਵਾਸਤੇ ਸਰਚ ਕਰਾਂਗੇ, ਹੁਣ ਆਪਾਂ ਨੂੰ ਕੁਐਸਚਨ ਰਾਸ਼ਟਰਪਤੀ ਰਿਲੇਟਡ ਦੇਖਣ ਨੂੰ ਮਿਲ ਗਿਆ ਇੱਕ, ਅਤੇ ਹੁਣ ਆਪਾਂ ਪੂਰੀ ਸਰਚ ਕਰਾਂਗੇ ਅਤੇ ਰਾਸ਼ਟਰਪਤੀ ਦੀ ਜੋ ਵੀ ਕੁੰਡਲੀ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਆਪਣੀ ਨੋਟਬੁੱਕ ਉੱਤੇ ਆਪਾਂ ਨੋਟ ਕਰ ਲਾਂਗੇ, ਕਿਉਂਕਿ ਦੋਸਤੋ ਕੁਐਸਚਨ ਕਿਤੋਂ ਵੀ ਉੱਠ ਕੇ ਬਣ ਸਕਦੇ ਨੇ। ਜੇ ਰਾਸ਼ਟਰਪਤੀ ਦਾ ਆਪਾਂ ਐਵੇਂ ਕਹਿ ਲਈਏ, ਰਾਸ਼ਟਰਪਤੀ ਨੇ ਭਾਰਤ ਦਾ ਐਜ਼ ਏ ਪ੍ਰੈਜ਼ੀਡੈਂਟ ਕਦੋਂ ਜੁਆਇਨ ਕੀਤਾ ਸੀ, ਉਸਦੀ ਡੇਟ ਆਪਾਂ ਨੂੰ ਯਾਦ ਰੱਖਣੀ ਪਊ। ਹੁਣ ਨੀਚੇ ਤੁਹਾਨੂੰ ਵਾਈਸ ਪ੍ਰੈਜ਼ੀਡੈਂਟ ਯਾਨੀ ਉਪ ਰਾਸ਼ਟਰਪਤੀ ਬਾਰੇ ਪਤਾ ਲੱਗ ਗਿਆ। ਹੁਣ ਤੁਹਾਡਾ ਹੱਕ ਕੀ ਬਣਦਾ ਹੈ? ਜੇ ਐਗਜ਼ਾਮ ਕਰੈਕ ਕਰਨਾ ਹੈ ਤਾਂ ਉਪ ਰਾਸ਼ਟਰਪਤੀ ਬਾਰੇ ਪੂਰੀ ਸਰਚ ਕਰੇ ਅਤੇ ਪੂਰੀ ਡਿਟੇਲ ਆਪਣੀ ਨੋਟਬੁੱਕ ਵਿੱਚ ਰਾਈਟ ਡਾਊਨ ਕਰ ਲਓ। ਕਹਿਣ ਦਾ ਭਾਵ ਦੋਸਤੋ ਇਹ ਹੈ ਕਿ ਕੋਈ ਵੀ ਐਗਜ਼ਾਮ ਵਿੱਚ ਕੁਐਸਚਨ ਜੋ ਵੀ ਕੋਈ ਤੁਹਾਨੂੰ ਪੜ੍ਹਾ ਰਿਹਾ ਐਜ਼ ਇਟ ਉੱਠ ਕੇ ਨਹੀਂ ਬਣਦੇ, ਉਸਨੂੰ ਰਿਲੇਟ ਕਰਕੇ ਜਾਂ ਉਸਨੂੰ ਤੋੜ ਮੋੜ ਕੇ ਬਣਦੇ ਨੇ। ਓਕੇ ਦੋਸਤੋ, ਫੋਰਥ ਕੁਐਸਚਨ ਦੀ ਗੱਲ ਕਰੀਏ, ਰਾਸ਼ਟਰਪਤੀ ਦੇ ਅਹੁਦੇ ਬਾਰੇ ਕਿਸ ਸੰਵਿਧਾਨ ਦੇ ਆਰਟੀਕਲ ਵਿੱਚ ਜ਼ਿਕਰ ਕੀਤਾ ਗਿਆ? ਦੋਸਤੋ, ਇਹ ਆਰਟੀਕਲ 52 ਯਾਨੀ ਆਰਟੀਕਲ 52 ਵਿੱਚ ਰਾਸ਼ਟਰਪਤੀ ਦੇ ਅਹੁਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਹ ਕੁਐਸਚਨ ਦੋਸਤੋ ਫੋਰੈਸਟ ਗਾਰਡ ਦੀਆਂ ਪੋਸਟਾਂ ਆਏ ਸੀ ਸ਼ਾਇਦ 2016 ਪਤਾ ਨਹੀਂ 17 ਵਿੱਚ, ਉਸ ਵਿੱਚ ਦੇਖਣ ਨੂੰ ਮਿਲਿਆ ਸੀ, ਤਾਂ ਕਰਕੇ ਮੈਂ ਇਸ ਵੀਡੀਓ ਵਿੱਚ ਇਸ ਨੂੰ ਲੈ ਲਿਆ। ਨੈਕਸਟ ਸਵਾਲ ਦੀ ਗੱਲ ਕਰੀਏ, ਸਾਡੇ ਸੰਵਿਧਾਨ ਵਿੱਚ ਚੁਣੇ ਗਏ ਰਾਸ਼ਟਰਪਤੀ ਦੀ ਵਿਵਸਥਾ ਕਿਸ ਦੇਸ਼ ਤੋਂ ਲਈ ਗਈ ਹੈ? ਦੋਸਤੋ, ਇਹ ਅਮਰੀਕਾ ਤੋਂ ਲਈ ਗਿਆ। ਜੋ ਵੀ ਆਪਣਾ ਸੰਵਿਧਾਨ ਦਾ ਨਿਰਮਾਣ ਹੋਇਆ ਉਹ ਕਿਸੇ ਨਾ ਕਿਸੇ ਕੰਟਰੀ ਤੋਂ ਆਪਾਂ ਥੋੜ੍ਹਾ ਬਹੁਤ ਉਹਨਾਂ ਤੋਂ ਜਾਣਕਾਰੀ ਲਿੱਤੀ ਹੈ, ਅਤੇ ਫਿਰ ਆਪਣਾ ਜਿਹੜਾ ਸੰਵਿਧਾਨ ਦਾ ਨਿਰਮਾਣ ਹੋਇਆ। ਅਤੇ ਦੋਸਤੋ, ਸੰਵਿਧਾਨ ਹੀ ਇਹ ਕਹਿੰਦਾ ਹੈ ਕਿ ਭਾਰਤ ਦਾ ਜੋ ਸਭ ਤੋਂ ਪਹਿਲਾ ਇਨਸਾਨ ਹੋਵੇਗਾ ਉਹ ਰਾਸ਼ਟਰਪਤੀ ਹੋਵੇਗਾ, ਅਤੇ ਇਹ ਸਭ ਤੋਂ ਪਹਿਲਾਂ ਅਮਰੀਕਾ ਵਿੱਚ ਯੂਜ਼ ਕੀਤੀ ਗਈ ਸੀ ਇਹ ਵਿਧੀ, ਤਾਂ ਫਿਰ ਆਪਣੇ ਸੰਵਿਧਾਨ ਵਿੱਚ ਵੀ ਇਸ ਨੂੰ ਇਨਕਲੂਡ ਕਰ ਲਿਆ ਗਿਆ। ਅਤੇ ਸਭ ਤੋਂ ਪਹਿਲਾਂ ਅਮਰੀਕਾ ਵਿੱਚ ਇਹ ਆਨਸਰ ਆਪਾਂ ਯਾਦ ਰੱਖਣਾ। ਅਤੇ ਨੈਕਸਟ ਸਵਾਲ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਕਿਸ ਨੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਸਾਹਮਣੇ ਪ੍ਰਸਤਾਵ ਦਿੱਤਾ ਸੀ? ਦੋਸਤੋ, ਪੰਡਿਤ ਜਵਾਹਰ ਲਾਲ ਨਹਿਰੂ ਨੇ ਸਭ ਤੋਂ ਪਹਿਲਾਂ ਡਰਾਫਟਿੰਗ ਕਮੇਟੀ ਦਾ ਪ੍ਰਸਤਾਵ ਸਾਹਮਣੇ ਰੱਖਿਆ ਸੀ। ਅਤੇ ਨੈਕਸਟ ਕੁਐਸਚਨ ਦੀ ਗੱਲ ਕਰੀਏ, ਭਾਰਤੀ ਸੰਵਿਧਾਨ ਦੇ ਕਿਸ ਲੇਖ ਵਿੱਚ ਰਾਸ਼ਟਰਪਤੀ ਦਾ ਪ੍ਰਵਾਧਾਨ ਹੈ? ਦੋਸਤੋ, ਆਰਟੀਕਲ 52 ਵਿੱਚ ਰਾਸ਼ਟਰਪਤੀ ਦੇ ਪ੍ਰਵਾਧਾਨ ਬਾਰੇ ਜਿਹੜਾ ਜ਼ਿਕਰ ਕੀਤਾ ਗਿਆ ਹੈ। ਅਤੇ ਦੋਸਤੋ, 8th ਕੁਐਸਚਨ ਦੀ ਗੱਲ ਕਰੀਏ, ਭਾਰਤੀ ਸੰਵਿਧਾਨ ਵਿੱਚ ਰਾਸ਼ਟਰਪਤੀ ਦੇ ਮਹਾਂਪੁਰਾਣ ਦਾ ਪ੍ਰਵਾਧਾਨ ਕਿਸ ਦੇਸ਼ ਤੋਂ ਲਿਆ ਗਿਆ? ਦੋਸਤੋ, ਅਮੈਰੀਕਾ ਤੋਂ ਲਿਆ ਗਿਆ। ਦੋਸਤੋ, ਹੁਣ ਤੁਹਾਨੂੰ ਮੈਂ ਪਹਿਲਾਂ ਵੀ ਇਹ ਸਮਝਾਇਆ ਕਿ ਆਪਾਂ ਕਰਨਾ ਕੀ ਹੈ, ਹੁਣ ਜਿਹੜੇ ਆਪਣੇ 6 ਫੰਡਾਮੈਂਟਲ ਰਾਈਟਸ ਨੇ ਉਹ ਕਿਸੇ ਨਾ ਕਿਸੇ ਕੰਟਰੀ ਤੋਂ ਪ੍ਰਭਾਵਿਤ ਹੋ ਕੇ ਆਪਣੇ ਸੰਵਿਧਾਨ ਵਿੱਚ ਇਨਕਲੂਡ ਕੀਤੇ ਗਏ ਆ। ਹੁਣ ਤੁਸੀਂ ਕਰਨਾ ਕੀ ਆ, ਇਹਨਾਂ 6 ਰਾਈਟਸ ਬਾਰੇ ਜਿਹੜਾ ਵੀ ਆਪਣੇ ਫੰਡਾਮੈਂਟਲ ਰਾਈਟਸ ਬਾਰੇ ਯੂਟਿਊਬ 'ਤੇ ਜਾਂ ਗੂਗਲ 'ਤੇ ਸਰਚ ਕਰਨਾ ਅਤੇ ਆਪਣੀ ਨੋਟਬੁੱਕ ਵਿੱਚ ਨੋਟ ਕਰ ਲੈਣਾ। ਓਕੇ ਦੋਸਤੋ, 9th ਕੁਐਸਚਨ ਦੀ ਗੱਲ ਕਰੀਏ, ਕਿਸ ਲੇਖ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨਿਯੁਕਤ ਕਰਨਗੇ? ਦੋਸਤੋ, ਆਰਟੀਕਲ 75 ਵਿੱਚ ਇਹ ਮੈਂਸ਼ਨ ਕੀਤਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨਿਯੁਕਤ ਕਰ ਸਕਦਾ ਹੈ। ਅਤੇ 10th ਕੁਐਸਚਨ ਦੀ ਗੱਲ ਕਰੀਏ ਦੋਸਤੋ, ਸਾਡਾ ਰਾਸ਼ਟਰੀ ਗੀਤ ਸਭ ਤੋਂ ਪਹਿਲਾਂ ਕਦੋਂ ਅਤੇ ਕਿੱਥੇ ਗਾਇਆ ਗਿਆ? ਦੋਸਤੋ, ਇਹ ਸਭ ਤੋਂ ਪਹਿਲਾਂ 27 ਦਸੰਬਰ 1911 ਕਲਕੱਤੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਾਂਗਰਸ ਦੀ ਇੱਕ ਸਮਾਰੋਹ ਪਾਰਟੀ ਸੀ ਉਸ ਵਿੱਚ ਸਭ ਤੋਂ ਪਹਿਲਾਂ ਇਹ ਜਿਹੜਾ ਰਾਸ਼ਟਰੀ ਗੀਤ ਆਪਣਾ ਗਾਇਆ ਗਿਆ ਸੀ। ਹੁਣ ਦੋਸਤੋ, ਤੁਹਾਡੀ ਤਿਆਰੀ ਪਰਫੈਕਟ ਕਰਾਉਣ ਵਾਸਤੇ ਕੁਝ ਮੈਂ ਹੋਮਵਰਕ ਦਿੰਦਾ। ਤੁਸੀਂ ਸਰਚ ਕਰਨਾ ਹੈ ਯੂਟਿਊਬ 'ਤੇ ਜਾਂ ਗੂਗਲ 'ਤੇ ਕਿ ਰਾਸ਼ਟਰੀ ਗੀਤ ਬਾਰੇ ਜੋ ਵੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਹੈ ਆਪਣੀ ਬੁੱਕ 'ਤੇ ਲਿਖਣਾ ਹੈ, ਅਤੇ ਨੈਕਸਟ ਵੀਡੀਓ 'ਚ ਕੱਲ੍ਹ ਨੂੰ ਜਿਹੜੀ ਮੈਂ 7 ਵਜੇ ਅਪਲੋਡ ਕਰਾਂਗਾ ਵੀਡੀਓ, ਉਸ ਵਿੱਚ ਤੁਸੀਂ ਕਮੈਂਟ ਵਿੱਚ ਮੈਨੂੰ ਦੱਸਣਾ ਹੈ ਕਿ ਅਸੀਂ ਰਾਸ਼ਟਰੀ ਗੀਤ ਬਾਰੇ ਇੰਨਾ ਕੁਛ ਇਨਫੋਰਮੇਸ਼ਨ ਕਲੈਕਟ ਕੀਤੀ ਹੈ। ਇਨਫੋਰਮੇਸ਼ਨ ਕੀ ਕਲੈਕਟ ਕਰਨੀ ਹੈ? ਦੋਸਤੋ, ਰਾਸ਼ਟਰੀ ਗੀਤ ਵਿੱਚ ਬਹੁਤ ਕਮ ਤੋਂ ਕਮ 10-15 ਕੁਐਸਚਨ ਆਪਣੇ ਨਿਕਲ ਜਾਣਗੇ, ਉਹ ਇਗਜ਼ਾਮਪਲ ਦੇ ਤੌਰ 'ਤੇ ਇਗਜ਼ਾਮ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਫਿਊਚਰ ਵਿੱਚ। ਅਤੇ ਰਾਸ਼ਟਰੀ ਗੀਤ ਜਿਵੇਂ ਰਾਸ਼ਟਰ ਗੀਤ ਕਿਸ ਦੁਆਰਾ ਲਿਖਿਆ ਗਿਆ ਸੀ, ਕਿਸ ਦੁਆਰਾ ਸਭ ਤੋਂ ਪਹਿਲਾਂ ਗਾਇਆ ਗਿਆ ਸੀ,
ਤੇ ਕਿੰਨੇ ਟਾਈਮ ਦਾ ਰਾਸ਼ਟਰੀ ਗੀਤ ਹੈ, ਕਿੰਨੇ ਮਿੰਟਾਂ ਦਾ, ਮਤਲਬ ਕਿ ਇਸ ਤਰ੍ਹਾਂ ਦੇ ਕਾਫੀ ਕੁਐਸਚਨ ਯੂਟਿਊਬ ਤੇ ਜਾਂ ਤੁਹਾਨੂੰ ਗੂਗਲ ਤੇ ਈਜ਼ੀਲੀ ਮਿਲ ਜਾਣਗੇ। ਓਕੇ ਦੋਸਤੋ, 11ਵੇਂ ਕੁਐਸਚਨ ਦੀ ਗੱਲ ਕਰੀਏ, ਭਾਰਤ ਸੰਵਿਧਾਨ ਦਾ ਕਿਹੜਾ ਲੇਖ ਰਾਸ਼ਟਰਪਤੀ ਦੇ ਕਾਰਜ ਅਤੇ ਸ਼ਕਤੀਆਂ ਦਾ ਪ੍ਰਬੰਧ ਕਰਦਾ ਹੈ? ਦੋਸਤੋ, ਆਰਟੀਕਲ 53 ਵਿੱਚ ਇਹ ਪੂਰਾ ਮੈਂਸ਼ਨ ਕੀਤਾ ਹੋਇਆ ਕਿ ਭਾਰਤ ਦਾ ਰਾਸ਼ਟਰਪਤੀ ਦਾ ਕਾਰਜ ਕੀ ਹੋਵੇਗਾ ਅਤੇ ਸ਼ਕਤੀਆਂ ਕਿੱਥੋਂ ਤੱਕ ਸੀਮਿਤ ਰਹਿਣਗੀਆਂ। ਇਸ ਤੋਂ ਬਾਅਦ ਆਪਾਂ 12th ਕੁਐਸਚਨ ਦੀ ਗੱਲ ਕਰੀਏ, ਭਾਰਤ ਦਾ ਸੰਵਿਧਾਨ ਦੇ ਕਿਸ ਲੇਖ ਵਿੱਚ ਰਾਸ਼ਟਰਪਤੀ ਦੀ ਚੋਣ ਬਾਰੇ ਦੱਸਿਆ ਗਿਆ? ਆਰਟੀਕਲ 54 ਵਿੱਚ ਦੋਸਤੋ ਇਹ ਦੱਸਿਆ ਗਿਆ ਕਿ ਰਾਸ਼ਟਰਪਤੀ ਦੀ ਚੋਣ ਕਿਸ ਦੁਆਰਾ ਅਤੇ ਕਿਵੇਂ ਹੋਵੇਗੀ। 13th ਕੁਐਸਚਨ ਦੀ ਗੱਲ ਕਰੀਏ ਦੋਸਤੋ, ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ? ਸੋਰੀ, ਆਹ ਸਪੈਲਿੰਗ ਮਿਸਟ ਹੋ ਗਈ ਦੋਸਤੋ। ਭਾਰਤ ਦਾ ਸੰਵਿਧਾਨ 26 ਜਨਵਰੀ 1950 ਵਿੱਚ ਲਾਗੂ ਹੋਇਆ ਸੀ। ਅਤੇ 14th ਕੁਐਸਚਨ ਦੀ ਗੱਲ ਕਰੀਏ ਦੋਸਤੋ, ਭਾਰਤ ਦਾ ਸੰਵਿਧਾਨ ਦਾ ਕਿਹੜਾ ਲੇਖ ਰਾਸ਼ਟਰਪਤੀ ਦੀ ਚੋਣ ਦੇ ਤਰੀਕੇ ਬਾਰੇ ਦੱਸਦਾ ਹੈ? ਦੋਸਤੋ, ਆਰਟੀਕਲ 55 ਵਿੱਚ ਚੋਣ ਕਿਵੇਂ ਹੋਵੇਗੀ? ਦੋਸਤੋ, ਇੱਥੇ ਆਪਾਂ ਕਨਫਿਊਜ਼ ਨਹੀਂ ਹੋਣਾ, ਇੱਥੇ ਆਪਾਂ ਆਰਟੀਕਲ 54 ਦੇਖਿਆ ਸੀ ਅਤੇ ਹੁਣ ਆਪਾਂ ਆਰਟੀਕਲ 55 ਦੇਖਣਾ। ਐਕਚੁਅਲੀ ਗੱਲ ਇਹ ਹੈ, ਆਰਟੀਕਲ 54 ਅਤੇ 5 ਵਿੱਚ ਦੋਨਾਂ ਵਿੱਚ ਹੀ ਰਾਸ਼ਟਰਪਤੀ ਦੇ ਸਾਰੇ ਕੰਮਾਂ ਬਾਰੇ, ਚੋਣ ਪ੍ਰਕਿਰਿਆ ਬਾਰੇ ਅਤੇ ਹੋਰ ਜੋ ਵੀ ਡਿਟੇਲਸ ਹੁੰਦੀ ਨੇ ਰਾਸ਼ਟਰਪਤੀ ਬਾਰੇ, ਇਹਨਾਂ ਦੋ ਆਰਟੀਕਲ ਵਿੱਚ ਮੈਂਸ਼ਨ ਕੀਤਾ ਹੋਇਆ। ਜੇ ਇਸ ਟਾਈਪ ਦਾ ਜਾਂ ਇਸ ਟਾਈਪ ਦਾ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਦਾ ਤਾਂ ਆਪਸ਼ਨ ਵਿੱਚ ਆਰਟੀਕਲ 54 ਅਤੇ 55 ਇੱਥੇ ਐ ਮੈਂਸ਼ਨ ਕੀਤਾ ਹੋਵੇਗਾ, ਜੋ ਵੀ ਸਹੀ ਹੋਵੇਗਾ, ਜੋ ਤੁਸੀਂ ਟਿੱਕ ਕਰ ਦਿਓ ਇਹ ਵੀ ਆਂਸਰ ਸਹੀ ਹੋਵੇਗਾ। ਜੇ ਆਰਟੀਕਲ 54 ਲਿਖਿਆ ਤੁਹਾਨੂੰ ਦਿੰਦਾ ਤਾਂ ਇਸ 'ਤੇ ਟਿੱਕ ਕਰ ਦਿਓ, ਤਾਂ ਵੀ ਇਹ ਤੁਹਾਡਾ ਆਂਸਰ ਸਹੀ ਹੋਵੇ। ਓਕੇ ਦੋਸਤੋ, ਨੈਕਸਟ ਕੁਐਸਚਨ ਦੀ ਗੱਲ ਕਰੀਏ, ਭਾਰਤ ਸੰਵਿਧਾਨ ਦੇ ਕਿਸ ਲੇਖ ਵਿੱਚ ਰਾਸ਼ਟਰਪਤੀ ਦੀ ਸ਼ਪਥ ਗ੍ਰਹਿਣ ਜਾਂ ਸਹੁੰ ਚੱਕਣ ਬਾਰੇ ਡਿਟੇਲ ਦਿੱਤੀ ਗਈ ਹੈ? ਆਰਟੀਕਲ 16 ਵਿੱਚ, ਆਰਟੀਕਲ 60 ਵਿੱਚ ਦੋਸਤੋ ਇਹ ਪੂਰਾ ਮੈਂਸ਼ਨ ਕੀਤਾ ਹੋਇਆ ਕਿ ਜੋ ਰਾਸ਼ਟਰਪਤੀ ਬਣੇਗਾ ਉਸਨੂੰ ਕਿਸ ਦੇ ਅੰਡਰ ਜਾ ਕੇ ਜਿਹੜੀ ਸ਼ਪਥ ਗ੍ਰਹਿਣ ਕਰਨੀ ਪਵੇਗੀ। ਐਂਡ ਦੋਸਤੋ, ਨੈਕਸਟ ਕੁਐਸਚਨ ਦੀ ਗੱਲ ਕਰੀਏ, ਰਾਸ਼ਟਰਪਤੀ ਨੂੰ ਸਹੁੰ ਕਿਸ ਦੇ ਸਾਹਮਣੇ ਦਿੱਤੀ ਜਾਂਦੀ ਹੈ, ਮਤਲਬ ਕੌਣ ਉਸ ਟਾਈਮ ਉਹਨਾਂ ਦੇ ਨੇੜੇ ਹੁੰਦਾ ਹੈ ਜਦੋਂ ਰਾਸ਼ਟਰਪਤੀ ਸਹੁੰ ਜਾਂ ਸ਼ਪਥ ਗ੍ਰਹਿਣ ਕਰਦਾ ਹੈ? ਤਾਂ ਮੁੱਖ ਮੈਜਿਸਟਰੇਟ ਦੇ ਸਾਹਮਣੇ ਰਾਸ਼ਟਰਪਤੀ ਨੂੰ ਸਹੁੰ ਚੁਕਾਈ ਜਾਂਦੀ ਆ। ਅਤੇ ਇਸ ਤੋਂ ਬਾਅਦ 17ਵੇਂ ਕੁਐਸਚਨ ਦੀ ਗੱਲ ਕਰੀਏ ਤਾਂ ਆਜ਼ਾਦ ਭਾਰਤ ਵਿੱਚ ਰਾਜ ਦੀ ਪਹਿਲੀ ਮਹਿਲਾ ਰਾਜਪਾਲ ਕੌਣ ਸੀ? ਦੋਸਤੋ, ਸ਼੍ਰੀਮਤੀ ਸਰੋਜਨੀ ਨਾਇਡੂ। ਹੁਣ ਪਰਫੈਕਟ ਐਗਜ਼ਾਮ ਦੀ ਤਿਆਰੀ ਵਾਸਤੇ ਆਪਾਂ ਸ਼੍ਰੀਮਤੀ ਸਰੋਜਨੀ ਨਾਇਡੂ ਬਾਰੇ ਸਰਚ ਕਰਾਂਗੇ, ਪੂਰਾ ਬਾਇਓਡਾਟਾ ਇਸਦਾ ਆਪਾਂ ਆਪਣੀ ਨੋਟਬੁੱਕ ਉੱਤੇ ਰੀਡ ਕਰ ਲਾਂਗੇ। ਅਤੇ 18ਵੇਂ ਕੁਐਸਚਨ ਦੀ ਗੱਲ ਕਰੀਏ, ਰਾਸ਼ਟਰਪਤੀ ਦੇ ਅਹੁਦੇ ਲਈ ਯੋਗਤਾ ਕੀ ਹੁੰਦੀ ਹੈ? ਸੋ, ਰਾਸ਼ਟਰਪਤੀ ਦੇ ਅਹੁਦੇ ਲਈ ਸਭ ਤੋਂ ਪਹਿਲਾਂ ਸਿਟੀਜਨ ਆਫ ਇੰਡੀਆ ਹੋਣਾ ਚਾਹੀਦਾ ਕੋਈ ਵੀ ਕੈਂਡੀਡੇਟ, ਅਤੇ 35 ਸਾਲ ਉਮਰ ਤੋਂ ਜ਼ਿਆਦਾ ਉਮਰ ਹੋਣੀ ਚਾਹੀਦੀ ਹੈ ਅਤੇ ਮੈਂਬਰ ਆਫ ਲੋਕ ਸਭਾ ਦਾ ਹੋਣਾ ਚਾਹੀਦਾ, ਲੋਕ ਸਭਾ ਦਾ ਮੈਂਬਰ ਹੋਣਾ ਚਾਹੀਦਾ। ਅਤੇ 19ਵੇਂ ਕੁਐਸਚਨ ਦੀ ਗੱਲ ਕਰੀਏ, ਸੁਪਰੀਮ ਕੋਰਟ ਵਿੱਚ ਇਕਲੌਤਾ ਜੱਜ ਕੌਣ ਹੈ ਜਿਸਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ? ਦੋਸਤੋ, ਸੁਪਰੀਮ ਕੋਰਟ ਦਾ ਜੱਜ ਸੀ ਮੁਹੰਮਦ ਹੈਤਦੁੱਲਾ, ਅਤੇ ਇਹਨਾਂ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਦੋਸਤੋ, ਨੈਕਸਟ ਕੁਐਸਚਨ ਦੀ ਗੱਲ ਕਰੀਏ, ਰਾਸ਼ਟਰਪਤੀ ਦਾ ਕਾਰਜਕਾਲ ਕਿੰਨੇ ਚਿਰ ਹੁੰਦਾ ਹੈ? ਦੋਸਤੋ, 5 ਸਾਲ ਰਾਸ਼ਟਰਪਤੀ ਆਪਣੇ ਅਹੁਦੇ ਉੱਤੇ ਰਹਿੰਦਾ ਹੈ। ਅਤੇ 21ਵੇਂ ਕੁਐਸਚਨ ਦੀ ਗੱਲ ਕਰੀਏ, ਕਿਸ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸ਼ਕਤੀ ਹੁੰਦੀ ਹੈ? ਸੋਰੀ ਦੋਸਤੋ, ਇਹ ਸਪੈਲਿੰਗ ਮਿਸਟੇਕ ਹੋ ਗਈ, ਅਸਲ ਵਿੱਚ ਇਹ ਸਵਾਲ ਐਵੇਂ ਬਣਦਾ ਹੈ, ਕਿਸੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸ਼ਕਤੀ ਕਿਸ ਕੋਲ ਹੁੰਦੀ ਹੈ? ਦੋਸਤੋ, ਰਾਸ਼ਟਰਪਤੀ ਕੋਲ ਹੁੰਦੀ ਹੈ ਜਦੋਂ ਮਾਹੌਲ ਕਿਸੇ ਵੀ ਸਟੇਟ ਵਿੱਚ ਜਾਂ ਕਿਸੇ ਵੀ ਰਾਜ ਵਿੱਚ ਖਰਾਬ ਹੋ ਜਾਂਦਾ ਹੈ ਤਾਂ ਰਾਸ਼ਟਰਪਤੀ ਨੂੰ ਲੱਗਦਾ ਹੈ ਕਿ ਹੁਣ ਜੋ ਉੱਥੇ ਦਾ ਸੀਐਮ ਹੈ ਉਹ ਇਹ ਸਿਚੁਏਸ਼ਨ ਨੂੰ ਨਹੀਂ ਸੰਭਾਲ ਸਕਦਾ, ਤਾਂ ਕਰਕੇ ਰਾਸ਼ਟਰਪਤੀ ਆਪਣੇ ਅੰਡਰ ਉਸ ਰਾਜ ਦਾ ਪੂਰਾ ਕਾਰਜਕਾਲ ਜੋ ਵੀ ਕੰਮ ਹੁੰਦਾ ਆਪਣੇ ਅੰਡਰ ਲੈ ਲੈਂਦਾ। ਅਤੇ ਕੁਐਸਚਨ ਨੰਬਰ 22ਵੀਂ ਦੀ ਗੱਲ ਕਰੀਏ ਤਾਂ ਲੋਕ ਸਭਾ ਅਤੇ ਰਾਜ ਸਭਾ ਤੋਂ ਇਲਾਵਾ ਸੰਸਦ ਦਾ ਤੀਜਾ ਹਿੱਸਾ ਕਿਹੜਾ ਹੈ? ਦੋਸਤੋ, ਰਾਸ਼ਟਰਪਤੀ ਨੂੰ ਤੀਜਾ ਹਿੱਸਾ ਸੰਸਦ ਦਾ ਮੰਨਿਆ ਜਾਂਦਾ ਹੈ। ਅਤੇ ਨੈਕਸਟ ਕੁਐਸਚਨ ਦੀ ਗੱਲ ਕਰੀਏ, ਭਾਰਤੀ ਸੰਵਿਧਾਨ ਦੇ ਅਨੁਸਾਰ ਇੱਕ ਵਿਅਕਤੀ ਕਿੰਨੀ ਵਾਰ ਰਾਸ਼ਟਰਪਤੀ ਬਣ ਸਕਦਾ ਹੈ? ਦੋਸਤੋ, ਇਸ ਦੀ ਕੋਈ ਸੀਮਾ ਨਹੀਂ ਹੈ, ਮੀਨਜ਼ ਕੋਈ ਫਿਕਸ ਟਾਈਮ ਮੈਂਸ਼ਨ ਨਹੀਂ ਕੀਤਾ ਹੋਇਆ ਕਿ ਰਾਸ਼ਟਰਪਤੀ ਸਿਰਫ ਇੱਕ ਵਾਰ ਬਣ ਸਕਦਾ, ਨੈਕਸਟ ਟਾਈਮ ਵੀ ਬਣ ਸਕਦਾ, ਉਸ ਤੋਂ ਨੈਕਸਟ ਟਾਈਮ ਵੀ ਬਣ ਸਕਦਾ, ਉਸ ਤੋਂ ਅਗਲੀ ਵਾਰ ਵੀ ਬਣ ਸਕਦਾ। ਦੋਸਤੋ, ਨੈਕਸਟ ਕੁਐਸਚਨ ਦੀ ਗੱਲ ਕਰੀਏ, ਰਾਸ਼ਟਰਪਤੀ ਸੰਸਦ ਦੇ ਕਿਸ ਸਦਨ ਦਾ ਮੈਂਬਰ ਹੁੰਦਾ ਹੈ? ਦੋਸਤੋ, ਇਹ ਕੁਐਸਚਨ ਮੈਂ ਇਸ ਕਰਕੇ ਲਿਆ ਤਾਂ ਤੁਹਾਨੂੰ ਪਤਾ ਲੱਗ ਜਾਏ ਕਿ ਐਗਜ਼ਾਮ ਵਿੱਚ ਕੁਐਸਚਨ ਕਿਸ ਟਾਈਪ ਦੇ ਹੁੰਦੇ ਨੇ। ਦੋਸਤੋ, ਇਸ ਤਰ੍ਹਾਂ 4 ਆਪਸ਼ਨ ਆਪਾਂ ਨੂੰ ਦਿੱਤੇ ਹੁੰਦੇ ਨੇ ਜਿੱਥੇ ਆਪਾਂ ਚੈੱਕ ਕਰ ਸਕਦੇ ਹਾਂ, ਰਾਜ ਸਭਾ ਆਪਸ਼ਨ ਏ, ਲੋਕ ਸਭਾ ਆਪਸ਼ਨ ਬੀ, ਅਤੇ ਬੋਥ ਆਪਸ਼ਨ ਸੀ ਅਤੇ ਨਨ ਆਫ ਦੀਜ਼ ਇਹ ਆਪਸ਼ਨ ਡੀ। ਐਵੇਂ ਆਪਾਂ ਨੂੰ 4 ਆਪਸ਼ਨ ਦਿੱਤੇ ਹੋਣਗੇ, ਦੈਨ ਆਪਾਂ ਨੂੰ ਇਹਨਾਂ 4 ਵਿੱਚੋਂ ਇੱਕ ਸਹੀ ਆਪਸ਼ਨ 'ਤੇ ਆਪਾਂ ਨੂੰ ਕਲਿੱਕ ਕਰਨਾ ਹੋਵੇਗਾ, ਤਾਂ ਲੋਕ ਸਭਾ ਇਸਦਾ ਸਹੀ ਆਂਸਰ ਹੈ। ਨੈਕਸਟ ਕੁਐਸਚਨ ਦੀ ਗੱਲ ਕਰੀਏ, ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਹੈ? ਡਾਕਟਰ ਭੀਮ ਰਾਓ ਅੰਬੇਦਕਰ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਹੈ। ਅਤੇ 26ਵੇਂ ਕੁਐਸਚਨ ਦੀ ਗੱਲ ਕਰੀਏ, ਇੰਡੀਆ ਐਜ ਅ ਰਿਪਬਲਿਕ ਕੰਟਰੀ, ਭਾਰਤ ਗਣਤੰਤਰ ਦੇਸ਼ ਹੈ ਕਿਉਂਕਿ ਰਾਜ ਦਾ ਮੁਖੀ ਇੱਕ ਨਿਸ਼ਚਿਤ ਅਵਧੀ ਲਈ ਆ ਸਮੇਂ ਲਈ ਚੁਣਿਆ ਜਾਂਦਾ ਹੈ, ਇਸ ਤੋਂ ਬਾਅਦ ਲੋਕ ਚਾਹਣ ਦਾ ਚੇਂਜ ਵੀ ਕਰ ਸਕਦੇ ਨੇ, ਜੇ ਲੋਕਾਂ ਨੂੰ ਉਸਦਾ ਕਾਰਿਆਕਾਲ ਵਧੀਆ ਲੱਗਦਾ ਤਾਂ ਉਸਨੂੰ ਰਿਪੀਟ ਵੀ ਕਰ ਸਕਦੇ ਨੇ। ਕੁਐਸਚਨ ਨੰਬਰ 27 ਦੀ ਗੱਲ ਕਰੀਏ ਦੋਸਤੋ, ਇਹਨਾਂ ਵਿੱਚੋਂ ਕਿਸ ਦੇਸ਼ ਨੇ ਸਿੱਧੇ ਲੋਕਤੰਤਰ ਦੀ ਸ਼ੁਰੂਆਤ ਕੀਤੀ ਸੀ? ਦੋਸਤੋ, ਸਵਿਟਜ਼ਰਲੈਂਡ ਸਭ ਤੋਂ ਪਹਿਲਾਂ ਲੋਕਤੰਤਰ ਦੇਸ਼ ਸੀ। ਲੋਕਤੰਤਰ ਇੱਕ ਫੰਡਾਮੈਂਟਲ ਰਾਈਟ ਹੈ ਅਤੇ ਇਹ ਸਵਿਟਜ਼ਰਲੈਂਡ ਤੋਂ ਆਪਣੇ ਸੰਵਿਧਾਨ ਵਿੱਚ ਇਨਕਲੂਡ ਕੀਤਾ ਗਿਆ। ਐਂਡ ਦੋਸਤੋ, ਇੱਕ ਹੋਰ ਇਨਫੋਰਮੇਸ਼ਨ ਤੁਹਾਡੇ ਲਈ, ਜੇ ਤੁਸੀਂ ਪੋਲਟਰੀ ਦੇ ਟੋਪ 200 ਕੁਐਸਚਨ ਦੀ PDF ਫਾਈਲ ਨੂੰ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਇਸ ਇੰਸਟਾਗ੍ਰਾਮ ID 'ਤੇ ਮੈਸੇਜ ਕਰ ਸਕਦੇ ਹੋ।
जिसका प्राइस 40 रुपीज़ पर PDF फाइल है। ओके दोस्तों, नेक्स्ट क्वेश्चन की गल करिए, भारत के संविधान की असैम्बली का प्रधान कौन सी? डॉक्टर राजेंद्र प्रसाद भारत की संविधानक असैम्बली का प्रधान रहे हैं। ओके दोस्तों, ये तो सामने पोल्टी के 150 क्वेश्चन जो मैं प्रीवियस एग्जाम सर्च करके नोट्स बनाए थे, उन्होंने कुछ क्वेश्चन थोड़े सामने एग्जाम के पॉइंट ऑफ व्यू नाल काफ़ी इंपोर्टेंट ने। इसको उम्मीद है तुम राइट डाउन कर रहे हो तो चंगी आपकी तैयारी कर रहे हो। पोल्टी रिलेटेड डेली मैं शाम को 7 बजे एक वीडियो अपलोड करा करा जिस इंपोर्टेंट क्वेश्चन का पूरा वेरवा तुम्हें मिल जाएगा। तो अगर किस तरह के इनफॉर्मेटिव वीडियो पाने लिए साडा चैनल सबसक्राइब कर लो तो वीडियो में लाइक कर लो।